ਐ ਭਾਈ ਗੱਲ ਤਾਂ ਸੁਣ ਜਾ। ਚੱਲ ਬਾਈ ਜਦ ਨਾ ਮੈਂ ਕਾਲਜ ਚ ਆਈਲੈਟਸ ਕਰਦਾ ਹੁੰਦਾ ਤਾਂ ਇੰਨੀ ਚੜ੍ਹਾਈ ਤੁਹਾਡੇ ਬਾਈ ਦੀ, ਉਹ ਵੀ ਤਾਂਸ ਚ ਖੰਗਰ ਨੀ ਦਿੱਤਾ ਕਿਸੇ ਨੂੰ। ਕਾਲਜ ਚ ਕਿਹੜੀ ਆਈਲੈਟਸ ਆਉਂਦੀ ਹੋਏ, ਕਦੇ ਗਏ ਸਕੂਲ ਗਏ ਸੈਂਟਰ ਚ ਆਉਂਦੀ ਆਈਲੈਟਸ, 12ਵੀਂ ਦਾ ਵਿਦਿਆਰਥੀ। ਓਏ ਤੁਹਾਡਾ ਤਾਂ ਬੁੜਾ ਆਉਂਦਾ ਤੁਰਿਆ। ਓ ਪਾਪਾ ਹੀ ਆ ਆ ਬੱਲੇ ਪਾਪਾ ਆਜਾ ਮਾਰ ਕੇ ਲਈਏ। ਮਾਰੂਗਾ ਤਾਂ ਨਹੀਂ ਆ ਬੱਲੇ ਪਾਨੂੰ ਲਵਾਵਾ ਇੱਥੇ ਸੀਪਾਂ। ਓਏ ਕੰਮ ਧੰਦਾ ਦਾ ਦੇਖੋ ਤੁਸੀਂ, ਪੱਤੇ ਚੱਕ ਪੱਤੇ ਚੱਕ ਯਾਰ। ਇਹਨਾਂ ਤਤਾ ਕਹਿੰਦੇ ਹੋਇਆ ਮੈਂ ਹਥਿਆਰ ਫੜ ਪੈਣਾ ਆਪਣਾ। ਇੱਕ ਤਾਂ ਆਹ ਸਾਲੇ ਦਾ ਨਾ ਆਪ ਦਾ ਵਿਹਲਾ ਹੈਗਾ, ਨਾਲ ਆਹ ਦੋ ਲੰਡੂ ਵਿਹਲੜਾ ਨੂੰ ਚੱਕ ਲਿਆਉਂਦਾ। ਅਸੀਂ ਲੈ ਕੇ ਆਇਆ ਅੱਜ ਵਿਹਲੜ ਨਹੀਂ ਕਹਿਣਾ ਉਹ ਨਾ ਤਾਂ ਤੇਤੇ ਆਈਲੈਟ ਨਿਕਲੀ ਹੈ ਹੈ। ਉਹ ਆਇਲਟਸ ਨੂੰ ਕਹਿੰਦਾ ਯਾਰ ਜਦ ਪੇਪਰ ਦੇਣ ਦੀ ਵਾਰੀ ਆਈ ਉੱਥੇ ਉਹਨਾਂ ਨੂੰ ਪਤਾ ਕਿਆ ਕਹਿੰਦਾ, ਕਹਿੰਦਾ ਕੋਈ ਨਹੀਂ ਹਾੜੀ ਸੋਣੀ ਕਰ ਲਾਂਗੇ ਪੈਸੇ ਆਪਾਂ, ਤੁਸੀਂ ਮੁੰਡੇ ਦੇ ਪੇਪਰ ਦੋ ਬਾਹਰ ਤੋਰੋ ਇਹਨੂੰ। ਨਾ ਜ਼ਿਆਦਾ ਬੋਲਦਾ ਕੋਈ ਕੰਮ ਧੰਦਾ ਦੇਖਿਓ, ਖਿਲਾਵਾਂ ਤੁਹਾਨੂੰ ਇੱਥੇ। ਓ ਯਾਰ ਹਾਂ ਆਹੀ ਦੋ ਟਾਈਮ ਹੁੰਦਾ ਦੋ ਜੁਨ ਹੁੰਦੇ ਪੈਣੇ ਦੇ, ਇਹ ਸਾਲੇ ਇੱਥੇ ਗੱਜਾ ਪਾਉਣ ਲੱਗ ਜਾਂਦੇ ਆ ਗਏ। ਰੱਬੇ ਦੇਖੂਗਾ ਹੁਣ ਕਿੱਥੇ ਬੰਦ ਕਰਨਾ ਕਿੱਥੇ ਨਹੀਂ। ਮੇਰੇ ਖੁੰਡਾ ਮਾਰਿਆ ਮੈਂ ਮੈਂ ਰੋਜ਼ ਖਾਂਦਾ, ਮੈਨੂੰ ਪੁੱਛ ਤੂੰ। ਉਹ ਚੁੱਪ ਕਰ ਦਿਓ। ਆਹ ਕਿਹਨਾਂ ਦੀ ਬਹੂ ਹੈ, ਦੇਖਤਾ ਸਹੀ ਚਿੱਟਾ ਸੂਟ ਕਿਵੇਂ ਪਾਇਆ, ਜਿੱਕਣਾ ਮਕਾਨ ਨੂੰ ਚੱਲੀ ਹੁੰਦੀ ਹੈ। ਆਹ ਵਾਲ ਤਾਂ ਚਿਮਟੇ ਜੇ ਲਵਾ ਕੇ ਆਏ ਬਣਾ ਲੈਂਦੀਆਂ ਪੌਨੀਆਂ ਜੀਆਂ, ਕੰਮ ਧੰਦਾ ਦੀ ਇਹਨਾਂ ਨੂੰ। ਇੱਥੇ ਕਿ ਇਹ ਸਾਗ ਲੈਣ ਆਈ ਹੋਣੀ ਮੂਲੀਆਂ ਪੱਟਣ। ਇਹ ਭਾਈ ਬਹੂ ਕਿਹਨਾਂ ਦੀ ਹੈ ਤੂੰ? ਐ ਭਾਈ ਗੱਲ ਤਾਂ ਸੁਣ ਜਾ, ਭਾਈ ਗੱਲ ਤਾਂ ਸੁਣ ਜਾ। ਸਾਗ ਮੈਂ ਤੋੜ ਦੂੰਗਾ, ਅੱਗੇ ਕਿੱਥੇ ਜਾਨੀ, ਪਾਣੀ ਲੱਗਿਆ ਬਾਜ ਆ। ਮੂਲੀਆਂ ਮੈਂ ਪੱਟ ਦਿੰਦਾ, ਤੂੰ ਦੱਸਦਾ ਸਹੀ ਕਿਹਨਾਂ ਦੀ ਬਹੂ ਹੈ? ਜੰਮਿਆ ਸਾਡੇ ਘਰੇ ਉਹ ਬਾਪੂ। ਉਹ ਕਿਆ ਹੋ ਗਿਆ ਪਰਸੀਨ ਕਰਦੇ ਮੇਰੇ ਤਾਂ ਫਿਰੀ ਜਾਂਦਾ ਯਾਰ ਤੂੰ ਨਾ, ਤੈਨੂੰ ਗੰਦੀ ਲਾ ਦੂੰ ਚੈਨ ਕਿਉਂ ਨਹੀਂ ਹੈਗਾ ਤੂੰ ਯਾਰ? ਰੋਟੀ ਝੋਟ ਲਾ ਕੇ ਪਰਸੀਨ ਕਰਦੇ ਮੇਰੇ ਤਾਂ, ਮੈਨੂੰ ਆ ਦੱਸ ਪਹਿਲਾਂ। ਲੈ ਤੂੰ ਆ ਗਿਆ ਮੈਂ ਚੱਲ। ਉਹ ਤੂੰ ਨਿਕਲਦਾ ਕਿ ਨਹੀਂ? ਉਹ ਇੱਥੇ ਉਹ ਕਿਹਨਾਂ ਦੀ ਬਹੂ ਤੀ ਜਿਹੜੀ ਖੜੀ ਤੀ ਇੱਥੇ? ਅੱਬਾ ਤੇਰੇ ਪਾ ਸ਼ਰਮ ਕਰ ਲੈ, ਮੁੰਡਾ ਤੇਰੇ ਮੂਹਰੇ ਖੜਾ ਤੇਰਾ। ਉਹ ਇੱਥੇ ਖੜੀ ਤੀ ਹੁਣ ਕਿੱਥੇ ਗਈ ਉਹ? ਇੰਨੀ ਤੂੰ ਸ਼ਰਮ ਕਰ ਲੈ, ਮੈਂ ਤੈਨੂੰ ਕਹੀ ਜਾਂਦਾ ਮੈਂ ਕੁਝੂ ਮਾਂ। ਚੱਲ ਹੋਰ ਤਾਂ ਫੇਰ ਗੰਦੀ ਲਾ ਦ ਜੇ ਤੂੰ ਗੰਦਾ ਪਟਾਕਾ, ਜੇ ਮੈਂ ਤਾਂ ਸੀ ਗੰਦੀ ਲਾਦ ਹੋਏ ਆ। ਚੱਲ ਮੈਂ ਤੇ ਹੁਣ ਤਾਂ ਡਾਂ ਖਾਣੀ ਆ, ਉੱਥੇ ਪਾਣੀ ਦੇਖ ਲੈ ਜਾ। ਉਹ ਤੂੰ ਜਾ ਪਾਣੀ ਦੇਖ ਲੈ, ਰੋਟੀ ਚੋਰ ਫਿਰ ਜਾ ਕੇ ਬਰਸੀਨ ਗੰਦੀ ਲਾ। ਜਾਨਾ ਜਾਨਾ ਪਟਾਕਾ ਸਾਡੇ ਘਰੇ ਜੰਮ ਨੂੰ ਬੈਠਾ ਤਾਂ ਇਹ। ਗਈ ਤਾਂ ਗਈ ਕਿੱਥੇ? ਤੂੰ ਜਾਣਾ ਕਿ ਨਹੀਂ? ਹੁਣ ਚੱਲਿਆ ਮੈਂ। ਗਈ ਤਾਂ ਗਈ ਕਿੱਥੇ? ਨਾ ਸ਼ਕਲ ਦੇਖੀ ਆ ਵੀ ਕਿਹਨਾਂ ਦੀ ਬਹੂ ਤੀ, ਪਤਾ ਨੀ ਕਿੱਥੇ ਤੇ ਆਈ ਸੀ। ਭਲੀ ਮਾਨਸ ਸਾਗ ਵੀ ਨੀ ਲੈ ਕੇ ਗਈ, ਨਾ ਮੂਲੀਆਂ ਪੱਟੀਆਂ। ਮੈਂ ਤਾਂ ਕਹਿੰਦਾ ਚੱਲ ਮੈਂ ਤੋੜ ਕੇ ਦੇ ਦਿੰਦਾ, ਅੱਗੇ ਪਾਣੀ ਲੱਗਿਆ ਵਾ ਕਿੱਥੇ, ਦੁਖੀ ਹੋਊਗੀ। ਭਾਈ ਤੂੰ ਕਣਕ ਚ ਕਿਆ, ਇੱਥੇ ਕਿਆ? ਏ ਆਜਾ ਤੈਨੂੰ ਮੂਲੀਆਂ ਤੋੜ ਕੇ ਦਵਾਂ, ਆਜਾ ਆਜਾ ਤੈਨੂੰ ਸਾਗ ਵੀ ਦਵਾਂ, ਆਜਾ ਤੂੰ ਹੈ ਕਿਹਨਾਂ ਦੀ ਹੈ?
ਖਾਣੇ ਉਹਨੂੰ ਨਾ ਮੈਂ ਜਿੰਨਾ ਸਮਝਾ ਲਵਾਂ ਕਿ ਬਹਿ ਜਾ ਕਰ ਕਰ ਘਰੇ ਘਰੇ ਟਿੱਕੇ ਬੈਠਣਾ ਹੀ ਨੀ ਉਹ ਚੱਲ ਕੋਈ ਨੀ ਆਦੇ ਪੀਕੇ ਮਾਰਵੇ ਦਾ ਦੀ ਆਦੇ ਪਸੀਨ ਮੈਥੋਂ ਦਾ ਉੱਠ ਜਾ ਮਹੱਲਾ ਤੇ ਤਾਂ ਹੋ ਗਏ ਕਰ ਗਿਆ ਚੜਾਈ ਹੋ ਗਿਆ ਰੱਬ ਨੂੰ ਫਿਰ ਚੜਾ ਦੋ ਗੱਡੀ ਆ ਗਿਆ ਸਵਾਦ ਉਹ ਯਾਰ ਮੈਨੂੰ ਕਿਆ ਪਤਾ ਤਾ ਵੀ ਇਹ ਆਈ ਬੈ ਉਰੇ ਓ ਭਾਈ ਕਾਨੂੰ ਮੇਰੀ ਪਿੰਡ ਚ ਮਿੱਟੀ ਕੁੱਟੀ ਜਾਂਦਾ ਹੈ ਹਰੇ ਕੇ ਕਹਿ ਦਿੰਦਾ ਤੁਹਾਡਾ ਬੜਾ ਉੱਥੇ ਲੜਦਾ ਤਾਂ ਉੱਥੇ ਲੜਦਾ ਤਾਂ ਤੂੰ ਬਾਹ ਛੱਡੋ ਮੇਰੀ ਉਹ ਗਲਤਾ ਸੁਣ ਲੋ ਉਹ ਗਲਤਾ ਸੁਣ ਲੋ ਗਲਤਾ ਸੁਣ ਲੋ ਹਾਂ ਉਹ ਜਿਹੜੀ ਉਹ ਖੇਤਾਂ ਚ ਹੈ ਨੀ ਦੀ ਆਪਣੇ ਕੌਣ ਉਹ ਲਾਲ ਚੁੰਨੀ ਜੀ ਲਈ ਵੀ ਦੀ ਉਹਨੇ ਮੈਂ ਤੈਨੂੰ ਕਹਿ ਨਹੀਂ ਤੇ ਲੱਛਣ ਵਿਗੜੇ ਹੋਏ ਆ ਗੈਬ ਹੋ ਗਈ ਜਦ ਮੈਂ ਤੈਨੂੰ ਪੁੱਛਦਾ ਵੀ ਕਿੱਥੇ ਗਈ ਕੌਣ ਸੀ ਉਹ ਗਲਤਾ ਸੁਣਦਾ ਪਹਿਲਾਂ ਮੈਂ ਲੰਘ ਗਿਆ ਮੋਟਰ ਕਿਨੀ ਨੂੰ ਹਾਂ ਗਾਹ ਕਣਕ ਚ ਮਿਲ ਗਈ ਅੱਛਾ ਮੈਂ ਉਹਨੂੰ ਕਿਹਾ ਮੈਂ ਕਿਹਾ ਆ ਤੈਨੂੰ ਭਾਈ ਤੈਨੂੰ ਸਾਗ ਤੋੜ ਕੇ ਦੇ ਦੇਣਾ ਮੂਲੀਆਂ ਪੱਟ ਦੇਣਾ ਜਾਂ ਮੈਂ ਉਹਦੇ ਕੋਲ ਨੂੰ ਗਿਆ ਮੈਂ ਕਿਹਾ ਦੇਖਾਂ ਤਾਂ ਸਹੀ ਕਿਹਨਾਂ ਦੀ ਹੈ ਉਹਦਾ ਭਾਈ ਮੂੰਹ ਕਾਲਾ ਤਾ ਮੈਨੂੰ ਲੱਗਦਾ ਮੈਨੂੰ ਤਾਂ ਕੋਈ ਚੜੇਲ ਦੇ ਗਈ ਨਹੀਂ 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 ਇਹ ਕੰਮ ਨਹੀਂ ਕਰਨਾ ਭਾਈ ਮੈਨੂੰ ਤਾਂ ਬੀਪੀ ਅਪ ਡਾਊਨ ਹੋ ਗਿਆ ਮੈਨੂੰ ਤਾਂ ਲੈ ਚੱਲ ਕਿਤੇ ਦਾਰੂ ਤਾਂ ਨਹੀਂ ਪੀਤੀ ਹੋਈ ਤੇਰੀ ਨਹੀਂ ਦਾਰੂ ਤਾਂ ਨਹੀਂ ਪੀਤੀ ਮੈਂ ਡਾਕਟਰ ਹਾਂ ਯਾਰ ਮੈਨੂੰ ਦਵਾਈ ਦਵਾ ਲਿਓ ਮੇਰਾ ਬੀਪੀ ਅਪ ਥੱਲੇ ਹੋ ਗਿਆ ਤਾਂ ਹੀ ਤੈਨੂੰ ਕਹਿਣਾ ਉਹਨੇ ਦੁਪਹਿਰੇ ਨੇਰੇ ਨਾ ਆਇਆ ਕਰ ਕੱਲਾ ਦੇਖ ਲਿਆ ਹੋਣਾ ਕੁਛ ਹੋਇਆ ਨੇ ਹੁਣ ਤਾਂ ਹੈ ਵੀ ਇਲਾਕਾ ਇਹੋ ਜਿਹੀ ਹੈ ਉੱਠੋ ਹੁਣ ਚੱਲ ਚੱਲੀਏ ਮੈਨੂੰ ਲੱਗਦਾ ਬਾਈ ਮੈਂ ਤਾਂ ਉਹ ਪਿੰਡ ਵਾਲੇ ਕੋਲ ਜਾਣਾ ਕੋਈ ਉਹ ਦਿਲ ਕਾਇਮ ਜੇ ਹੋਣ ਵਾਲੀ ਗੋਲੀ ਲੈ ਕੇ ਆਉਣਾ ਮੈਂ ਪਟਾਕਿਆ ਪਿੰਡ ਵਾਲੇ ਕੋਲ ਨਾ ਜਾਈ ਅਗਲੇ ਨੇ ਗਲਤ ਸੋਚਣਾ ਹੈ ਚੱਲ ਤੈਨੂੰ ਲੈ ਕੇ ਚੱਲੀਏ ਨਾ ਨਾ ਉੱਥੇ ਤਾਂ ਮੈਂ ਆਪੇ ਜਾ ਆਉਂਗਾ ਤੂੰ ਖੇਤ ਦਾ ਨਿਗਾਹ ਬੰਨਾ ਦੇਖੀ ਮੈਂ ਹੁਣ ਉਰੇ ਕਾਹਤੇ ਕੱਲਾ ਰਹਾ ਉਹ ਨਹੀਂ ਤੂੰ ਪਾਠ ਪੂਠ ਪੜ ਲਈ ਕੋਈ ਚੱਲ ਜਾ ਯਾਰ ਠੀਕ ਹੈ ਬਚਾਓ ਹੋ ਜਾਊਗਾ ਕਿਹਦੇ ਪਾ ਲੈ ਕੇ ਜਾ ਮੈਨੂੰ ਕਿੱਥੇ ਜਾਂਦਾ ਜਾਣ ਦੇ ਯਾਰ ਤੂੰ ਲੈ ਜਾ ਇਹਨੂੰ ਉਰਦੇ ਮੈਂ ਰਹਿਣਾ ਉਰੇ ਨਾ ਤੂੰ ਵੀ ਦੇਖ ਲੈ ਇੱਥੇ ਠੀਕ ਹੈ ਨਿਗਾਹ ਦੇਖਿਓ ਖੇਤ ਬੰਨਾ ਦੇਖਿਓ ਠੀਕ ਹੈ ਪਾਣੀ ਪੂਣੀ ਮੈਂ ਚੱਲਦਾ ਮੈਂ ਨਾਲੇ ਮੈਂ ਅੱਜ ਨੀ ਆਉਂਦਾ ਹੈਗਾ ਸ਼ਾਮ ਨੂੰ ਪਾਣੀ ਪੂਣੀ ਆਪੇ ਦੇਖ ਲਿਓ ਠੀਕ ਹੈ ਮੈਂ ਤਾਂ ਉੱਥੇ ਹੀ ਪਊਂਗਾ ਹੁਣ ਛੱਡ ਜਾਈਏ ਕੋਈ ਨੀ ਮੈਂ ਚਲੇ ਜਾਂਦਾ ਮੈਨੂੰ ਨਾ ਦੇਖ ਨਾ ਜਾਵੇ ਕੋਈ ਤੂੰ ਤੁਰ ਪਾਈ ਯਾਰ ਕੁਛ ਨੀ ਦੇਖਦਾ ਜਾ ਹੈਗੇ ਅਸੀਂ ਬੈਠੇ ਉਰੇ ਜੇ ਮੈਂ ਉੱਥੇ ਡਿੱਗ ਗਿਆ ਮੈਨੂੰ ਦੇਖ ਲਿਓ ਪਿੱਛੇ ਆ ਜਾਓ ਮਾੜਾ ਜਾ 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 ਯਾਰ ਕੀ ਕਰੀਏ ਦਾ ਖੇਤ ਮਾਤੇ ਦੇਖ ਲਿਆ ਤੈਨੂੰ ਪਛਾਣ ਤਾਂ ਨੀ ਲਿਆ ਤਾਂ ਮੈਂ ਮੂੰਹ ਕਾਲਾ ਕਰ ਲਿਆ ਮਾੜਾ ਜਾ ਜੇ ਉਹ ਫਲ ਤੈਨੂੰ ਕੁੱਟਣਾ ਵੀ ਬਹੁਤ ਤੈਨੂੰ ਨਾ ਤਾਂ ਮੈਂ ਗੇਰਤਾ ਤਾਂ ਡਰਾ ਕੇ ਪੁੱਤ ਜੇ ਸੱਟ ਵੱਜੀ ਹੋਈ ਨਾ ਦਵਾਈ ਬੂਟੀ ਦੇ ਪੈਸੇ ਤੈਂ ਦੇਣੇ ਆ ਕਾਹਤੇ ਹੁਣ ਤੁਸੀਂ ਆਪ ਸੁਣਾ ਕਿਉਂ ਲੱਗੇ ਬਈ ਯਾਰ ਤੂੰ ਤਾਸ ਲੈ ਚੱਕ ਕੇ ਚੱਲ ਤਾਸ ਖੇਲ ਯਾਰ ਹੁਣ ਨਹੀਂ ਮੁੜਦਾ ਤੂੰ ਤਾਸ ਲੈ ਚੱਕ ਕੇ ਤੂੰ ਜਾਣਦਾ ਨਹੀਂ ਹਲੇ ਉਹਨੂੰ ਤੂੰ ਤਾਸ ਲਿਆ ਪਹਿਲਾਂ ਚੱਕ ਓ ਸਿੱਟੋ ਪੱਤਾ ਛੱਡ ਉਹਦੇ ਪੈਸੇ ਕਢਾ ਅੱਜ ਰਾਤ ਦਾ ਕਰੋ ਪ੍ਰੋਗਰਾਮ ਕਿਹਾ ਏ ਓ ਮਹੀਨਾ ਤੇਰਾ ਬੜਾ ਮੋਟਰ ਪਰ ਨਹੀਂ ਆਉਂਦਾ ਹੈ ਮਹੀਨਾ ਆਪਣੇ ਕੋਲੇ ਹੈ ਕੋਈ ਨਹੀਂ ਅੱਜ ਸ਼ਾਮ ਨੂੰ 3 ਕਿਲੋਮੀਟਰ ਮੇਰੇ ਕਨੀ ਤੇ ਚੱਲ ਦੇਖਦਾ ਚੱਲ ਬਾਈ ਚੱਲ ਜਿਹੜਾ ਮਰਜ਼ੀ ਆ ਜਾਵੇ ਅਸੀਂ ਤਾਂ ਕੁੱਟ ਕੇ ਭਜਾਵਾਂਗੇ ਮੁੰਡੇ ਨੂੰ ਨਾ ਚੜੇਲ ਫੜ ਲਵੇ ਮੈਂ ਤਾਂ ਤੈਨੂੰ ਬਚਾਉਂਦਾ ਇੱਥੇ ਤੱਕ ਪਹੁੰਚਿਆ ਮਸਾਂ ਤੂੰ ਇੱਥੇ ਆਪਣੇ ਪਿਓ ਦੇ ਫੁੱਦੂ ਲਾਈ ਜਾਂਦਾ ਇਹਨਾਂ ਨੂੰ ਸ਼ਰਮ ਨੀ ਆਉਂਦੀ ਤੇਰਾ ਫੁੱਦੂ ਲਾ ਕੇ ਦੇਖ ਲਾ ਹਟ ਜਾ
ਬਹਿਜੋ ਬੰਦਿਆ ਮਾਂ ਬਹਿਜਾ ਮੈਂ ਤੇਰੇ ਨਾਲ ਕੁਛ ਨੀ ਕਹਿੰਦਾ ਉਹ ਤਾਂ ਕਹਿੰਦਾ ਨੀ ਮੈਂ ਨੀ ਕਹਿੰਦਾ ਤੂੰ ਵੀ ਆ ਜਾ ਹੈਲੋ ਆ ਜਾ ਬਿਨਾ ਫੋਨ ਤੇ ਹੀ ਛੁਣਛਣਾ ਹਲਾ ਜਨਾ ਹਰ ਜਾ ਕਰ ਜਾ ਤਾਂ ਖੇਡ ਜੂਗੀ ਤਾਂ ਬੈਠੋ ਮੇਰੇ ਬਾਪੂ ਨੂੰ ਕਹੇ ਬਹਿਦੇ ਤੂੰ ਬੈਠੋ ਬਹਿ ਜਾ ਮੇਰਾ ਬਾਪੂ ਕਹੀ ਜਾਂਦਾ ਉਹਨੂੰ ਬਹਿ ਜਾ ਬਹਿ ਜਾ ਤੂੰ ਵੀ ਬਹਿ ਜਾ ਮੈਂ ਤੇਰੇ ਨਾਲ ਆ ਯਾਰ ਇੱਥੇ ਆ ਮੈਂ ਤੇਰੇ ਨਾਲ ਆ ਪਾ ਤਾਂ ਸਹੀ ਮੈਂ ਤਾਂ ਹੀ ਤੈਨੂੰ ਸ਼ਾਬਾਸ਼ ਦੇਣੀ ਆ ਆ ਜਾ ਬਹਿ ਜਾ ਯਾਰ ਆ ਸ਼ਾਬਾਸ਼ ਥੋੜੀ ਦਊਂਗਾ ਹੁਣ ਤੂੰ ਬਾਪੂ ਬਾਪੂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਪਹਿਲਾਂ ਮੇਰੀ ਗੱਲ ਸੁਣ ਹੱਥ ਲਾਉਣ ਤੋਂ ਪਹਿਲਾਂ ਮੈਂ ਆਪਣੇ ਪਿਓ ਨੂੰ ਫੁੱਦੂ ਲਾਈ ਜਾਊਂਗੇ ਗੰਦੀ ਲਾ ਦੇ ਆਪਣੇ ਪਿਓ ਨੂੰ ਇਹ ਫੁੱਦੂ ਲਾਈ ਗਏ ਚੜੇਲਾ ਬਣ ਬਣ ਕੇ ਦਿਖਾਈ ਜਾਂਦੇ ਆ ਨਾ ਸਾਲੀ ਗੰਦੀ ਲਾ ਨੂੰ ਦਿਨ ਟੇਕ ਹੈ ਨਾ ਸਾਲੀ ਮੈਨੂੰ ਸੌਣ ਦਿੰਦੀ ਹੈ ਗੰਦੀ ਲਾ ਨਾ ਮਜ਼ਾ ਨਾ ਸਵਾਦ ਸੱਚ ਕਿਹਾ ਕਿਸੇ ਸਿਆਣੇ ਨੇ ਗੰਦੀ ਲਾਦ ਨਾ ਜੰਮਾ ਕਿਸੇ ਦੇ ਮੈਨੂੰ ਤਾਂ ਲੱਗਿਆ ਕਿਤੇ ਸੱਚਿਓ ਮੈਨੂੰ ਚੜੇਲ ਦੇਗੀ ਜੱਟ ਨੇ ਚੜੇਲ ਘੇਰ ਲਈ ਅੱਧੀ ਰਾਤ ਸਿਵਿਆਂ ਦੇ ਵਿੱਚ ਜਾ ਕੇ ਉਹਨੂੰ ਕਹਿੰਦਾ ਪਾਲਾ ਜੱਫੀਆਂ ਬੀ ਪੋਇਜ਼ਨ ਉਹਨੂੰ ਕਹਿੰਦਾ ਪਾਲਾ ਜੱਫੀਆਂ ਘਰੋਂ ਤੁਰ ਗਿਆ ਲੰਡੂ ਜੇ ਪੈਗ ਲਾ ਕੇ